220 ਅੰਗ ਤੇ ਮਹਾਰਾਜ 6ਵਾਂ ਸ਼ਬਦ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਨਾਵਾਂ ਕੋ ਮਾਈ ਭੁੱਲਿਓ ਮਨ ਸਮਝਾਵੈ। 9ਵੇਂ ਪਾਤਸ਼ਾਹ ਗੌੜੀ ਰਾਗ ਚ ਬਖਸ਼ਿਸ਼ ਕਰਦੇ ਨੇ ਮਾਈ ਤੋਂ ਭਾਵ ਹੈ ਭਾਈ, ਕੋਈ ਇਹੋ ਜਿਹਾ ਹੈ ਜੋ ਮੇਰੇ ਭੁੱਲੇ ਹੋਏ ਮਨ ਨੂੰ, ਜੋ ਮਾਇਆ ਪਤੀ ਪਰਮਾਤਮਾ ਤੋਂ ਭੁੱਲਿਆ ਮਨ ਹੈ, ਇਹਨੂੰ ਸਮਝਾਉਣਾ ਕਰੇ ਮੇਰੇ ਮਨ ਨੂੰ ਕੋਈ ਵੀ, ਤੂੰ ਕਿੱਧਰ ਲੱਗਿਆ ਫਿਰਦਾ। ਇਹਨੂੰ ਇੰਨੇ ਇੰਨੇ ਧਾਰਮਿਕ ਗ੍ਰੰਥਾਂ ਨੇ ਸਿੱਖਿਆ ਦਿੱਤੀ ਹੈ, ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੈ ਰਹਾਓ। ਇਹ ਵੇਦਾਂ ਪੁਰਾਣਾਂ ਤੇ ਸੰਤਾਂ ਪਾਸੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਸੁਣ ਕੇ ਵੀ ਇੱਕ ਨਿਮਖ ਮਾਤਰ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਨਹੀਂ ਹੈ। ਮਹਾਰਾਜ ਕੋਲ ਸਾਰੇ ਤਰ੍ਹਾਂ ਦੇ ਸਾਧੂ ਸੰਤ ਜਦੋਂ ਆਉਂਦੇ, ਸਤਿਗੁਰੂ ਉਹਨਾਂ ਨੂੰ ਉਹਨਾਂ ਦੇ ਢੰਗ ਨਾਲ ਦੱਸਦੇ, ਭਾਈ ਤੁਸੀਂ ਵੇਦ ਪੜ੍ਹਦੇ ਹੋ, ਪੁਰਾਣ ਪੜ੍ਹਦੇ ਹੋ, ਸਾਧੂਆਂ ਦਾ ਰਸਤਾ ਦੇਖ ਜਾਣਦੇ ਹੋ, ਸਭ ਕੁਝ ਜਾਣਦੇ ਹੋਏ ਵੀ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ ਹੋ। ਦੁਰਲੱਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ। ਮਹਾਰਾਜ ਕਹਿੰਦੇ ਜੋ ਮਨੁੱਖਾਂ ਦੇ ਪ੍ਰਾਪਤ ਹੋਣੀ ਬੜੀ ਦੁਰਲੱਭ ਹੈ, ਇਹੋ ਜਿਹੀ ਮਨੁੱਖਾਂ ਦੇ ਹੀ ਪਾ ਕੇ ਤੂੰ ਆਪਣੇ ਅਮੋਲਕ ਜਨਮ ਨੂੰ ਵਿਅਰਥ ਹੀ ਸਰਾਵੈ ਹੁੰਦਾ ਬਤੀਤ ਕਰ ਰਿਹਾ, ਕਿਉਂ ਗਵਾ ਰਿਹਾ ਜਨਮ ਨੂੰ, ਨਾਮ ਨਹੀਂ ਜਪਦਾ। ਮਹਾਰਾਜ ਆਪਾਂ ਨੂੰ ਵਾਰ ਵਾਰ ਉਪਦੇਸ਼ ਕਰਦੇ ਨੇ, ਸਾਰੀ ਬਾਣੀ ਦਾ ਮਕਸਦ ਨਿਸ਼ਾਨਾ ਇੱਕੋ ਹੀ ਕਿ ਮਨੁੱਖ ਨੂੰ ਨਾਮ ਜਪਣ ਲਈ ਲਾਉਣਾ। ਮਾਇਆ ਮੋਹ ਮਹਾਂ ਸੰਕਟ ਬਨ ਤਾਸਿਓ ਰੁਚ ਉਪਜਾਵੈ। ਮਾਇਆ ਦਾ ਜੋ ਮੋਹ ਹੈ ਇਹੋ ਬੜਾ ਸੰਕਟ ਦੁੱਖਦਾਈ ਬਨ ਹੁੰਦਾ, ਜੰਗਲ ਹੈ। ਉਹਦੇ ਨਾਲ ਤੂੰ ਆਪਣੇ ਦਿਲ ਨੂੰ, ਦਿਲ ਦੀ ਜਿਹੜੀ ਰੁਚ ਹੁੰਦੀ ਖਵਾਹਿਸ਼ ਪੈਦਾ ਕਰਦਾ ਰਹਿੰਦਾ, ਇਹਦੇ ਨਾਲ ਜੁੜਨਾ। ਸੋ ਜਿਵੇਂ ਆਪਾਂ ਪੰਗਤੀ ਪੜ੍ਹਦੇ ਹਾਂ ਇਹਦੀ ਬਾਣੀ ਦੀ, ਵਿਸ਼ਰਾਮ ਹੁਣ ਅਸੀਂ ਤਾਂ ਪਕਾਏ ਹੋਏ ਨੇ, ਸਾਨੂੰ ਪਤਾ ਕਿੱਥੇ ਵਿਸ਼ਰਾਮ ਜਾ ਕੇ ਲੱਗਣਾ ਹੈ। ਸੁਣਨ ਵਾਲੇ ਨੂੰ ਬੜਾ ਸੌਖਾ ਲੱਗਦਾ, ਪਰ ਜੇ ਤੁਹਾਨੂੰ ਇਹ ਬਾਣੀ ਪੜ੍ਹਨੀ ਪੈ ਜੇ ਤੁਸੀਂ ਤਾਂ ਵਿਸ਼ਰਾਮ ਨਹੀਂ ਲਾ ਸਕਦੇ, ਕਿਉਂਕਿ ਇਹ ਵਿਸ਼ਰਾਮ ਹੀ ਇਸ ਢੰਗ ਦੇ ਨੇ, ਇਹਦੇ ਪਤਾ ਹੀ ਨਹੀਂ ਲੱਗਣਾ ਕਿੱਥੇ ਖੜ੍ਹਨਾ ਵਿਚਾਲੇ ਜਾ ਕੇ। ਇਸ ਕਰਕੇ ਇਹਦੀ ਨਾਲ ਨਾਲ ਸੰਥਿਆ ਹੋ ਸਕਦੀ ਹੈ, ਕੋਈ ਪੋਥੀ ਪ੍ਰਕਾਸ਼ ਕਰੇ ਤਾਂ ਸੰਥਿਆ ਕਰ ਲੈਂਦਾ ਨਾਲ ਉਹ, ਪਰ ਸੁਣਨਾ ਬੜਾ ਸੌਖਾ ਲੱਗਦਾ ਹੁੰਦਾ ਕਿ ਸੁਣ ਰਹੇ ਹਾਂ, ਪਰ ਇਹਨੂੰ ਕਰਨਾ ਜਿਹੜਾ ਉਹ ਜ਼ਿਆਦਾ ਔਖਾ ਹੁੰਦਾ। ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਓ ਨੇਹੋ ਨਾ ਲਾਵੈ। ਜੋ ਵਾਹਿਗੁਰੂ ਅੰਦਰ ਬਾਹਰ ਸਦਾ ਹੀ ਅੰਗ ਸੰਗ ਹੈ, ਉਹਦੇ ਨਾਲ ਤੂੰ ਪ੍ਰੇਮ ਨਹੀਂ ਲਾਉਂਦਾ, ਤੇਰੇ ਅੰਦਰ ਵੀ ਹੈ ਤੇਰੇ ਬਾਹਰ ਵੀ ਹੈ, ਉਹਨੂੰ ਕਦੇ ਨਹੀਂ ਕਹਿੰਦਾ ਮੇਰੇ ਅੰਦਰ ਹੈ ਬਾਹਰ ਹੈ। ਉਹ ਜਿਹੜਾ ਪਿਆਰਾ ਵਾਹਿਗੁਰੂ ਸਾਡੇ ਕੋਲ ਰਹਿੰਦਾ ਹਰ ਵਕਤ, ਉਹ ਜਿਹੜਾ ਸਾਡੀ ਮਦਦ ਕਰਦਾ ਸਾਡੇ ਸਰੀਰ ਦੀ। ਸਰੀਰ ਹੈ ਕੀ ਚੀਜ਼? ਮਾਸ ਜਿਹਾ, ਐਵੇਂ ਹੱਡੀਆਂ ਜਿਹੀਆਂ, ਕੱਸ ਕੇ ਇੱਕ ਡੰਡਾ ਮਾਰਿਆ ਹੋਵੇ ਲੱਤਾਂ ਬਾਹਾਂ ਸਭ ਟੁੱਟ ਜਾਂਦੀ, ਕੀ ਚੀਜ਼ ਹੈ? ਪਰ ਫੇਰ ਵੀ ਦੇਖ ਲਓ ਵਾਹਿਗੁਰੂ ਇੰਨੀ ਰੱਖਿਆ ਕਰਦਾ ਇਹਦੀ ਸਰੀਰ ਦੀ, ਉਹ ਅੰਦਰ ਬਾਹਰ ਨਾਲ ਤਾਂਹੀਓ ਰੱਖਿਆ ਹੁੰਦੀ ਇਹਦੀ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ ਦੰਤ ਜੀਭ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਦੇਖ ਲਓ ਵੀ ਜੀਭ ਕਿੰਨੀ ਪੋਲੀ ਹੈ ਤੇ ਦੰਦ ਚਾਰੇ ਪਾਸੇ ਕਿੰਨੇ ਸਖਤ ਨੇ, ਪਰ ਜੀਭ ਨੂੰ ਕਦੇ ਆਂਚ ਨਹੀਂ ਆਉਂਦੀ। ਪਰਮਾਤਮਾ ਜਿਵੇਂ ਜੀਭ ਨੂੰ ਬਚਾ ਕੇ ਰੱਖਦਾ ਦੰਦਾਂ ਤੋਂ, ਬੰਦੇ ਨੂੰ ਵੀ ਇਸ ਤਰ੍ਹਾਂ ਕਈ ਮੁਸੀਬਤਾਂ ਤੋਂ ਬਚਾ ਕੇ ਰੱਖਦਾ ਵਾਹਿਗੁਰੂ ਰਾਖਾ ਹੈ। ਕਈ ਵਾਰ ਐਕਸੀਡੈਂਟ ਦੇਖਦੇ ਹੁੰਦੇ, ਗੱਡੀਆਂ ਲੱਗਦੀਆਂ ਖਤਮ ਹੀ ਹੋ ਜਾਂਦੀਆਂ, ਉੱਡੀ ਜਾਂਦੀ ਬਾਡੀ ਸਾਰੀ ਗੱਡੀ ਦੀ, ਆਪਾਂ ਕਹਿੰਦੇ ਲੈ ਬੰਦੇ ਦਾ ਚੂਰ ਚੂਰ ਹੋ ਗਿਆ ਹੁਣ, ਪਰ ਕਹਿੰਦੇ ਬੰਦੇ ਨੂੰ ਝਰੀਟ ਵੀ ਨਹੀਂ ਆਈ। ਉਹ ਕੌਣ ਰੱਖਦਾ? ਉਹ ਵਾਹਿਗੁਰੂ ਆਪ ਬਚਾਉਂਦਾ। ਸਤਿਗੁਰੂ ਕਹਿੰਦੇ ਜਿਹੜਾ ਤੇਰੇ ਅੰਦਰ ਹੈ, ਜਿਹੜਾ ਤੇਰੇ ਬਾਹਰ ਹੈ, ਉਹ ਤੈਨੂੰ ਹਰ ਵਕਤ ਬਚਾਉਂਦਾ ਹੈ, ਤੈਨੂੰ ਰੱਖਦਾ ਹੈ, ਤੂੰ ਉਹਦਾ ਕਦੇ ਧੰਨਵਾਦ ਨਹੀਂ ਕਰਦਾ, ਕਦੇ ਨਹੀਂ ਕਹਿੰਦਾ ਰੱਬਾ ਤੇਰਾ ਬਹੁਤ ਧੰਨਵਾਦ ਹੈ। ਜਿਹਦੇ ਆਪਾਂ ਤੁਰਦੇ ਬੈਠਦੇ ਉੱਠਦੇ ਹਰ ਵਕਤ ਉਹਨੂੰ ਸਾਡਾ ਖਿਆਲ ਰੱਖਣਾ, ਜਿਵੇਂ ਮਾਂ ਛੋਟੇ ਜਿਹੇ ਬੱਚੇ ਦਾ ਬਹੁਤ ਖਿਆਲ ਰੱਖਦੀ ਹੈ, ਸੰਭਾਲ ਸੰਭਾਲ ਕੇ ਰੱਖਦੀ ਹੈ, ਇਸੇ ਤਰ੍ਹਾਂ ਪਰਮਾਤਮਾ ਸਾਡਾ ਮਾਤਾ, ਪਰਮਾਤਮਾ ਹੀ ਪਿਤਾ, ਉਹ ਹਰ ਵਕਤ ਸਾਡਾ ਧਿਆਨ ਰੱਖਦੇ ਨੇ, ਖਾਣ ਪੀਣ ਪਹਿਰਾਉਣ। ਅੱਜ ਰੱਬ ਸਾਡਾ ਧਿਆਨ ਕਰਨਾ ਛੱਡ ਦੇਵੇ, ਆਪਾਂ ਸਕਿੰਟ ਵੀ ਨਹੀਂ ਕੱਢਣਾ, ਉੱਥੇ ਹੀ ਪੁੱਠੇ ਹੋ ਜਾਣਾ ਸਭ ਨੇ। ਇੰਨੀ ਆਪਣੀ ਛਤਰ ਛਾਇਆ ਥੱਲੇ ਉਹ ਪਾਲਦਾ ਸਾਨੂੰ, ਪਰ ਫਿਰ ਵੀ ਸਾਡੇ ਮੂੰਹ ਚੋਂ ਕਦੇ ਵਾਹਿਗੁਰੂ ਅੱਖਰ ਨਹੀਂ ਨਿਕਲਦਾ, ਫਿਰ ਵੀ ਅਸੀਂ ਉਹਦਾ ਧੰਨਵਾਦ ਕਰਕੇ ਨਹੀਂ ਕਹਿੰਦੇ ਮੈਂ ਤੇਰਾ ਨਾਮ ਜਪਦਾ।
ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨੇਹੋ ਨਾ ਲਾਵੇ, ਉਹਨਾਂ ਪਿਆਰ ਨਹੀਂ ਲਾਉਂਦਾ। ਨਾਨਕ ਮੁਕਤ ਤਾਹੇ ਤੁਮ ਮਨ ਹੋ, ਜੇ ਘਟ ਰਾਮ ਸਮਾਵੈ। ਤੁਸੀਂ ਉਹ ਬੰਦੇ ਨੂੰ ਮੁਕਤ ਰੂਪ ਜਾਣੋ ਜਿਹਦੇ ਹਿਰਦੇ ਚ ਰਾਮ ਦਾ ਨਾਮ ਸਮਾ ਗਿਆ, ਵਸ ਗਿਆ, ਜਿੱਥੇ ਪ੍ਰਕਾਸ਼ਮਾਨ ਹੋ ਗਿਆ ਨਾਮ, ਹੋਂਦ ਹੋ ਗਈ ਉਹਦੀ ਨਾਮ ਦੀ। ਸਾਰੇ ਹਾਲ ਦੇ ਵਿੱਚ ਟਿਊਬਾਂ ਲੱਗੀਆਂ, ਬੱਲਬ ਲੱਗੇ ਨੇ, ਰਾਤ ਦਾ ਟਾਈਮ ਹੈ, ਪਰ ਉਹ ਜਗਦੇ ਨਹੀਂ। ਜੇ ਉਹ ਨਹੀਂ ਜਗਦੇ ਤਾਂ ਇੱਥੇ ਹਨੇਰਾ ਰਹੇਗਾ, ਫਿਰ ਜੇ ਜਗਾ ਦਈਏ ਤਾਂ ਚਾਨਣ ਹੋ ਜਾਣਾ। ਇਹਨੂੰ ਕਹਿੰਦੇ ਨੇ ਕਿ ਹਾਂ ਇੱਥੇ ਚਾਨਣ ਹੋ ਗਿਆ। ਸੋ ਜਿਹੜੇ ਘਰ ਦੇ ਵਿੱਚ ਉਜਾੜ ਚ ਘਰ ਬਣੇ ਨੇ, ਜਿੱਥੇ ਕੋਈ ਰਹਿੰਦਾ ਨਹੀਂ ਉੱਥੇ ਹਰ ਟਾਈਮ ਹਨੇਰਾ ਹੀ ਰਹਿੰਦਾ, ਕਹਿੰਦੇ ਇਹ ਤਾਂ ਉਜੜਿਆ ਹੋਇਆ ਘਰ, ਇੱਥੇ ਕੋਈ ਵੱਸਦਾ ਹੀ ਨਹੀਂ। ਪਰ ਜਦੋਂ ਮਾਲਕ ਆ ਕੇ ਉੱਥੇ ਸਫਾਈ ਕਰਕੇ ਟਿਊਬਾਂ ਲਾਈਟਾਂ ਜਗਾ ਦਿੰਦਾ, ਕਹਿੰਦੇ ਇਹ ਘਰ ਵੱਸਦਾ ਰਸਦਾ। ਮਹਾਰਾਜ ਕਹਿੰਦੇ ਤੁਹਾਡੇ ਹਿਰਦੇ ਚ ਪਰਮਾਤਮਾ ਦਾ ਵੱਸ ਆ, ਪਰ ਤੁਸੀਂ ਤਾਂ ਪ੍ਰਕਾਸ਼ ਨਹੀਂ ਕਰ ਸਕੇ ਅੰਦਰ ਮਿਹਨਤ ਕਰਕੇ। ਤੁਹਾਡਾ ਘਰ ਵੀ ਉਜੜਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਡੰਗਰ ਵਿੱਚ ਫਿਰਦੇ ਨੇ, ਆਸਾ ਤ੍ਰਿਸ਼ਨਾ ਵੱਡੀਆਂ ਵੱਡੀਆਂ ਡੈਣਾ ਫਿਰਦੀਆਂ ਇਹਦੇ ਚ। ਇਹ ਘਰ ਦੇ ਅੰਦਰ ਹੰਗਤਾ ਦੇ ਜਾਲੇ ਲੱਗੇ ਹੋਏ ਨੇ, ਇਸ ਕਰਕੇ ਇਸ ਘਰ ਦੇ ਅੰਦਰ ਪਤਾ ਨਹੀਂ ਕੀ ਕੁਛ ਹੈ ਹਿਰਦੇ ਵਿੱਚ। ਤੇ ਜਿੱਦਣ ਮਾਲਕ ਬੈਠ ਗਿਆ, ਮਾਲਕ ਇਹਦਾ ਕੌਣ ਹੈ? ਹਿਰਦੇ ਦਾ ਮਨ। ਉਹ ਮਨ ਚੰਚਲ ਜਿਹੜਾ ਉਹ ਬਾਹਰ ਹੀ ਰਹਿੰਦਾ, ਹਮੇਸ਼ਾ ਪਰਦੇਸੀ ਹੋਇਆ ਰਹਿੰਦਾ। ਮਹਾਰਾਜ ਜੀ ਨੂੰ ਆਵਾਜ਼ ਮਾਰਦੇ ਨੇ ਬਾਣੀ ਚ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਘਰੇ ਆ ਕੇ ਬੈਠ, ਤੂੰ ਆਪਣੇ ਹਿਰਦੇ ਨੂੰ ਸੰਭਾਲ। ਇੱਕ ਤੇਰੇ ਹਿਰਦੇ ਚ ਸ਼ੁਭ ਗੁਣ ਨੇ, ਉਹ ਸ਼ੁਭ ਗੁਣ ਦੱਬ ਗਏ ਨੇ, ਵੱਡਾ ਵੱਡਾ ਘਾਹ ਖੜਾ ਹੋ ਗਿਆ ਇੱਥੇ, ਹਉਮੈ ਦਾ, ਹੰਗਤਾ, ਮਮਤਾ, ਵਿਕਾਰਾਂ ਦਾ ਘਾਹ। ਤੂੰ ਆ ਕੇ ਘਰ ਨੂੰ ਸਾਫ਼ ਕਰ, ਤੂੰ ਤਾਂ ਬਾਹਰ ਹੀ ਤੁਰਿਆ ਫਿਰਦਾ ਰਹਿਣਾ। ਜਿੱਦਣ ਮਨ ਆਪਣੇ ਘਰ ਚ ਮੁੜ ਆਉਂਦਾ, ਉਦਣ ਮਨ ਬੰਦਗੀ ਚ ਲੱਗ ਗਿਆ, ਘਰ ਚ ਆ ਗਿਆ, ਉਦਣ ਹੀ ਆਪਣੀ ਕਿਰਪਾ ਮਹਾਰਾਜ ਦੀ ਹੋ ਜਾਂਦੀ, ਪ੍ਰਕਾਸ਼ ਹੋ ਜਾਂਦਾ। ਮਹਾਰਾਜ ਕਹਿੰਦੇ ਰੱਬ ਦੇ ਚਰਨਾਂ ਚ ਹੀ ਟਿਕਾਓ ਹੈ, ਹੋਰ ਕਿਤੇ ਟਿਕਾਓ ਨਹੀਂ ਮਿਲਣਾ ਤੁਹਾਨੂੰ।